ਆ ਕੇ ਕਾਲੇ ਟੈਂਡਰ ਰਿਸੀਵ ਕੀਤੇ, 12 ਬੰਦੇ ਦੇ ਟੈਂਡਰ ਪਾੜ ਕੇ ਸਿੱਟਦੇ ਅਤੇ ਮਨਪ੍ਰੀਤ ਬਾਦਲ ਦੀ ਸ਼ਕਲ ਛਾਇਆ ਦੇ ਵਿੱਚ ਖੁੱਲ੍ਹੇ ਆਮ ਗੁੰਡਾਗਰਦੀ ਹੋਈ ਆ ਬਠਿੰਡਾ ਦੇ ਵਿੱਚ। ਪਾੜ ਨੂੰ ਉਹਦੇ ਖਾਸ ਸਿਪਾਹ ਸਲਾਹ ਰਸਪਾਲ ਜਿਹੜਾ ਗਿੱਦੜ ਹੋਏ ਤੋਂ ਆ ਕੇ ਬਠਿੰਡਾ ਦੇ ਵਿੱਚ ਠੱਗੀਆਂ ਦਾ ਸਰਦਾਰ ਬਣਿਆ ਹੋਇਆ, ਉਹਨੂੰ ਇਹ ਟੈਂਡਰ ਕਰਦੇ ਪਏ ਲੌਟ ਕਰਾਇਆ। ਔਰ ਮੈਂ ਕਹੂੰਗਾ ਇਸ ਤੋਂ ਬੜੀ ਸ਼ਰਮ ਦੀ ਗੱਲ ਮਨਪ੍ਰੀਤ ਬਾਦਲ ਨਹੀਂ ਹੋ ਸਕਦੀ, ਜਿਹੜਾ ਆਪਦੇ ਆਪ ਨੂੰ ਬਹੁਤ ਪਾਪ ਅਤੇ ਪਾਪ ਅਤੇ ਪਵਿੱਤਰ ਮੰਨਦਾ ਅਤੇ ਸਭ ਤੋਂ ਵੱਡਾ ਧੱਕਾ ਕੱਲ੍ਹ ਮਨਪ੍ਰੀਤ ਦੀ ਛੱਤਰ ਸ਼ਾਇਦ ਵਿੱਚ ਕੱਲ੍ਹ ਬਠਿੰਡਾ ਦੇ ਵਿੱਚ ਟੈਂਡਰ ਮੰਡੀਆਂ ਦੇ ਲੇਬਰ ਬਹੁਤ ਵੱਡੀ ਹੀਰਾਫੇਰੀ ਕਰ ਵਿਸ਼ਵਾਸਘਾਤ ਦਿਵਸ ਕਾਹਦੇ ਰੂਪ ਚ ਮਨਾ ਰਹੇ ਇਹ ਵਿਸ਼ਵਾਸਘਾਤ ਦਿਵਸ ਜਿਹੜੇ 2 ਸਾਲਾਂ ਦੀ ਸਰਕਾਰ ਨੇ ਜਦੋਂ ਇਹ ਸਰਕਾਰ ਸਭਾ ਦੇ ਵਿੱਚ ਆਈ ਸੀ ਕਿ ਲੋਕਾਂ ਨੂੰ ਬਹੁਤ ਵੱਡੇ ਵੱਡੇ ਲਾਲਚ ਸਾਹਮਣੇ ਦਿਖਾ ਕੇ ਰੁਜ਼ਗਾਰ ਭੱਤਾ ਦੇਵਾਂਗੇ, ਇਹ ਸਾਰੇ ਬਹੁਤ ਵੱਡੇ ਵੱਡੇ ਵਾਅਦੇ ਦਿਖਾ ਲਏ। ਬਠਿੰਡੇ ਦੇ ਵਿੱਚ ਜਹਾਜ਼ਾਂ ਦਾ ਕਾਰਖਾਨਾ ਲਾਵਾਂਗੇ, ਮੋਟਰਸਾਈਕਲ ਦਾ ਕਾਰਖਾਨਾ ਲਾਵਾਂਗੇ, ਹੌਸਲਾ ਦੇ ਵਾਅਦੇ ਕਰੀ। ਅੱਜ ਉਹਦੇ ਵਿੱਚ ਸਾਨੂੰ ਦੁੱਖ ਨਾ ਪੈਣਾ ਪੈ ਰਿਹਾ, ਇੱਕ ਸਿੰਗਲ ਵੀ ਵਾਅਦਾ ਲੈਣੇ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੋਹਾਂ ਪੰਜਾਬ ਸਰਕਾਰ ਦੀ ਗੱਲ ਕਰ ਰਿਹਾ, ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੈਗਾ। ਕੇਂਦਰ ਸਰਕਾਰ ਤੁਸੀਂ ਦੱਸੋ ਕਿਹੜਾ ਨੀ ਪੂਰਾ ਕੀਤਾ, ਮੈਂ ਪੱਤਰਕਾਰ ਮੈਂ ਪੱਤਰਕਾਰ ਹਾਂ, ਮੈਂ ਤਾਂ ਗੱਲ ਕਰ ਰਿਹਾ, ਮੈਂ ਜਵਾਬ ਮੰਗ ਰਿਹਾ। 15 ਲੱਖ ਰੁਪਇਆ ਆ ਗਿਆ, 15 ਲੱਖ ਦਾ ਤੁਸੀਂ ਮੈਨੂੰ ਕਲਿੱਪ ਦਿਖਾ ਦਿਓ ਕਿਹਾ ਸੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਇਹ ਸਿਰਫ ਬਣਾਈ ਹੋਈ ਝੂਠੀ ਗੱਲ ਹੈ। 15 ਲੱਖ ਰੁਪਏ ਦੀ ਜਿਹੜੀ ਗੱਲ ਹੋਈ ਸੀ ਉਹ ਮੋਦੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਜੇ ਕਾਲਾ ਧਨ ਬਾਹਰੋਂ ਵਾਪਸ ਆ ਜੇ ਉਹ ਇੰਨਾ ਪੈਸਾ ਇਕੱਠਾ ਹੋ ਸਕਦਾ ਕਿ ਆਪਾਂ ਕੀ ਕਾਲਾ ਧਨ ਆ ਗਿਆ ਜੀ, ਕਾਲਾ ਧਨ ਆ ਗਿਆ। ਦੇਖੋ ਨੋਟਬੰਦੀ ਕੀਤੀ ਸੀ, ਡੀਮੋਨੇਟਾਈਜੇਸ਼ਨ ਹੋਇਆ ਸੀਗਾ ਔਰ ਉਹਦੇ ਵਿੱਚ ਸਾਨੂੰ ਜਿਹੜਾ ਜਿੰਨਾ ਉੱਥੋਂ ਹੋਣਾ ਸੀ ਉਹ ਨਹੀਂ ਹੋਇਆ, ਲੋਕਾਂ ਦਾ ਮਤਲਬ ਕਿ ਥੋੜਾ ਸਾਨੂੰ ਉਹਦੇ 'ਚ ਲੱਗਿਆ ਵੀ ਅਸੀਂ ਉਸ 'ਤੇ ਜਿੰਨਾ ਸਰਕਾਰ ਚਾਹੁੰਦੀ ਸੀ ਉਹ ਨਹੀਂ। ਪ੍ਰਧਾਨ ਜੀ ਅੱਜ ਦਾ ਇਹ ਜੋ ਹੈਗਾ ਰੋਸ ਤੁਹਾਡਾ ਇਹਦੇ 'ਚ ਇਹ ਸਾਂਝਾ ਵੀ ਆਪਣੇ ਬੀਜੇਪੀ ਦੇ ਅਕਾਲੀ ਦਲ ਦਾ ਕਿੰਨੇ ਕੁ ਬੰਦੇ ਆਏ ਬੀਜੇਪੀ ਦੇ? ਬੀਜੇਪੀ ਦੇ ਕਿੰਨੇ?